ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਜੇ ਆ ਪ੍ਰਾਈਵੇਟ ਆਪਰੇਟਰਾਂ ਨੂੰ ਮਾਫੀਆ ਕਹਿੰਦੇ ਆ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਅੱਜ ਮਾਫੀਆ ਉਹ ਹੁੰਦਾ ਜਿਹੜਾ ਇਲੀਗਲ ਕੰਮ ਕਰੇ ਸਾਰਾ ਲੀਗਲ ਕੰਮ ਸਾਡੀ ਸ਼੍ਰੋਮਣੀ ਸਾਡੀ ਆਪਣੀ ਦੀ ਟਰਾਂਸਪੋਰਟ ਕੰਪਨੀ ਹੈ 1947 ਦੀ ਹੈ 47 ਦੀ ਜਦੋਂ ਦੇਸ਼ ਆਜ਼ਾਦ ਹੋਇਆ ਸੀ ਇੱਕ ਵਾਰ ਵੀ ਇੱਕ ਵਾਰ ਵੀ ਸਾਡਾ ਕੋਈ ਪਰਮਿਟ ਇਹਨਾਂ ਨੇ ਰੋਕਿਆ ਸਾਡੀ ਬੱਸ ਰੋਕੀ ਹੈ ਜੋਰ ਕੋਸ਼ਿਸ਼ ਕੀਤੀ ਪਿਛਲੀ ਵਾਰ ਰਾਜਾ ਵੜੰਗ ਨੇ ਕੀਤੀ ਹੁਣ ਇਹਨਾਂ ਨੇ ਕੀਤੀ ਹਾਈ ਕੋਰਟਾਂ ਨੇ ਇੱਕ ਨਮ ਸਟੇ ਕੀਤੀ ਸਾਨੂੰ ਭਾਵੇਂ ਬੈਂਸਲ ਕਰ ਦੋ ਕੋਈ ਪਰਵਾਹ ਨਹੀਂ ਕੋਈ ਫਿਕਰ ਨਹੀਂ ਪਰ ਮੈਂ ਲੀਗਲ ਨੋਟਿਸ ਮੈਂ ਦੇਣ ਲੱਗਿਆ ਆ ਜਿਹੜਾ ਆਪਣਾ ਦਾ ਮਨਿਸਟਰ ਉਹਨੂੰ ਵੀ ਕਿ ਸਾਰੀ ਟਰਾਂਸਪੋਰਟ ਕਮਿਊਨਿਟੀ ਟਰਾਂਸਪੋਰਟ ਜਿਹੜੀ profession ਹੈ ਉਹ ਇੱਕ ਪੰਜਾਬੀਆਂ ਦਾ profession ਹੈ ਤੁਸੀਂ ਹਿੰਦੁਸਤਾਨ ਚ ਨਹੀਂ ਦੁਨੀਆ ਚਲੇ ਜਾਓ ਜਿੰਨੇ ਪੰਜਾਬੀ ਇਹ ਟਰਾਂਸਪੋਰਟ ਬਿਜ਼ਨਸ ਹੋਣਗੇ ਭਾਵੇਂ ਕੈਨੇਡਾ ਹੋਵੇ ਭਾਵੇਂ ਮਹਾਰਾਸ਼ਟਰ ਹੋਵੇ ਸੋ ਜੇ ਸਾਰੇ ਪੰਜਾਬੀਆਂ ਨੂੰ ਤੁਸੀਂ ਮਾਫੀਆ ਕਹਿੰਦੇ ਹੋ ਅਸੀਂ ਲੀਗਲ ਨੋਟਿਸ ਦੇ ਰਹੇ ਹਾਂ ਇਹਨਾਂ ਦੇ ਕੇਸ ਕਰਾਂਗੇ ਤੇ ਨਾਲੇ ਮੈਂ মিডিਆ ਨੂੰ ਕਹਿਣਾ ਚਾਹਣਾ ਹੈ ਅੱਜ ਤੋਂ ਬਾਅਦ ਜੇ ਕਿਸੇ ਨੇ ਵੀ ਲਫ਼ਜ਼ ਟਰਾਂਸਪੋਰਟ ਮਾਫੀਆ ਕਿਹਾ ਤੇ ਅਸੀਂ ਉਹਨੂੰ ਲੀਗਲ ਨੋਟਿਸ ਦੇ ਕੇ ਅਸੀਂ ਕੋਰਟ 'ਚ ਲੈ ਕੇ ਜਾਵਾਂਗੇ ਮੈਂ ਇੱਕ ਗੱਲ ਕਹਿਣਾ ਚਾਹਣਾ ਕਿ ਆ ਪ੍ਰਾਈਵੇਟ ਆਪਰੇਟਰਾਂ ਨੂੰ ਮਾਫੀਆ ਕਹਿੰਦੇ ਆ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਅੱਜ ਮਾਫੀਆ ਉਹ ਹੁੰਦਾ ਜਿਹੜਾ ਇਲੀਗਲ ਕੰਮ ਕਰੇ ਸਾਰਾ ਲੀਗਲ ਕੰਮ ਸਾਡੀ ਸ਼੍ਰੋਮਣੀ ਸਾਡੀ ਆਪਣੀ ਦੀ ਟਰਾਂਸਪੋਰਟ ਕੰਪਨੀ ਹੈ 1947 ਦੀ ਹੈ 47 ਦੀ ਜਦੋਂ ਦੇਸ਼ ਆਜ਼ਾਦ ਹੋਇਆ ਸੀ ਇੱਕ ਵਾਰ ਵੀ ਇੱਕ ਵਾਰ ਵੀ ਸਾਡਾ ਕੋਈ ਪਰਮਿਟ ਇਹਨਾਂ ਨੇ ਰੋਕਿਆ ਸਾਡੀ ਬੱਸ ਰੋਕੀ ਹੈ ਜੋਰ ਕੋਸ਼ਿਸ਼ ਕੀਤੀ ਪਿਛਲੀ ਵਾਰ ਰਾਜਾ ਵੜੰਗ ਨੇ ਕੀਤੀ ਹੁਣ ਇਹਨਾਂ ਨੇ ਕੀਤੀ ਹਾਈ ਕੋਰਟਾਂ ਨੇ ਇੱਕ ਨਮ ਸਟੇ ਕੀਤੀ ਸਾਨੂੰ ਭਾਵੇਂ ਬੈਂਸਲ ਕਰ ਦੋ ਕੋਈ ਪਰਵਾਹ ਨਹੀਂ ਕੋਈ ਫਿਕਰ ਨਹੀਂ ਪਰ ਮੈਂ ਲੀਗਲ ਨੋਟਿਸ ਮੈਂ ਦੇਣ ਲੱਗਿਆ ਆ ਜਿਹੜਾ ਆਪਣਾ ਦਾ ਮਨਿਸਟਰ ਉਹਨੂੰ ਵੀ ਕਿ ਸਾਰੀ ਟਰਾਂਸਪੋਰਟ ਕਮਿਊਨਿਟੀ ਟਰਾਂਸਪੋਰਟ ਜਿਹੜੀ profession ਹੈ ਉਹ ਇੱਕ ਪੰਜਾਬੀਆਂ ਦਾ profession ਹੈ ਤੁਸੀਂ ਹਿੰਦੁਸਤਾਨ ਚ ਨਹੀਂ ਦੁਨੀਆ ਚਲੇ ਜਾਓ ਜਿੰਨੇ ਪੰਜਾਬੀ ਇਹ ਟਰਾਂਸਪੋਰਟ ਬਿਜ਼ਨਸ ਹੋਣਗੇ ਭਾਵੇਂ ਕੈਨੇਡਾ ਹੋਏ ਭਾਵੇਂ ਅੱਜ ਮਹਾਰਾਸ਼ਟਰ ਹੋਏ ਸੋ ਜੇ ਸਾਰੇ ਪੰਜਾਬੀਆਂ ਨੂੰ ਤੁਸੀਂ ਮਾਫੀਆ ਕਹਿੰਦੇ ਹੋ ਅਸੀਂ ਲੀਗਲ ਨੋਟਿਸ ਦੇ ਰਹੇ ਹਾਂ ਇਹਨਾਂ ਦੇ ਕੇਸ ਕਰਾਂਗੇ ਤੇ ਨਾਲੇ ਮੈਂ মিডিਆ ਨੂੰ ਕਹਿਣਾ ਚਾਹਣਾ ਹੈ ਅੱਜ ਤੋਂ ਬਾਅਦ ਜੇ ਕਿਸੇ ਨੇ ਵੀ ਲਫ਼ਜ਼ ਟਰਾਂਸਪੋਰਟ ਮਾਫੀਆ ਕਿਹਾ ਤੇ ਅਸੀਂ ਉਹਨੂੰ ਲੀਗਲ ਨੋਟਿਸ ਦੇ ਕੇ ਅਸੀਂ ਕੋਰਟ 'ਚ ਲੈ ਕੇ ਜਾਵਾਂਗੇ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਜੇ ਆ ਪ੍ਰਾਈਵੇਟ ਆਪਰੇਟਰਾਂ ਨੂੰ ਮਾਫੀਆ ਕਹਿੰਦੇ ਆ ਇਹਨੂੰ ਸ਼ਰਮ ਮਾਣੀ ਚਾਹੀਦੀ ਹੈ आज माफिया होंदा है जेड़ा इलीगल काम करे सारा इलीगल काम ਸਾਡੀ ਸ਼੍ਰੋਮ ਸਾਡੀ ਆਪਣੀ ਦੀ ਟ੍ਰਾਂਸਪੋਰਟ ਕੰਪਨੀ ਹੈ 1947 ਦੀ ਹੈ 47 ਦੀ ਜਦੋਂ ਦੇਸ਼ ਜਹਾਦ ਹੋਇਆ ਸੀ ਇੱਕ ਵਾਰ ਵੀ ਇੱਕ ਵਾਰ ਵੀ ਸਾਡਾ ਕੋਈ ਪਰਮਿਟ ਇਹਨਾਂ ਨੇ ਰੋਕਿਆ ਸਾਡੀ ਬੱਸ ਰੋਕੀ ਹੈ ਜੋ ਕੋਸ਼ਿਸ਼ ਕੀਤੀ ਪਿਛਲੀ ਵਾਰ ਰਾਜਾ ਵੜੰਗ ਨੇ ਕੀਤੀ ਹੁਣ ਇਹਨਾਂ ਨੇ ਕੀਤੀ ਹਾਈ ਕੋਰਟਾਂ ਨੇ ਇੱਕਦਮ ਮਿਸਟੇਕ ਕੀਤੀ ਸਾਨੂੰ ਭਾਵੇਂ ਤੇ ਬੈਂਸਲ ਕਰ ਦੋ ਕੋਈ ਪਰਵਾਹ ਨਹੀਂ ਕੋਈ ਫਿਕਰ ਨਹੀਂ ਪਰ ਮੈਂ ਲੀਗਲ ਨੋਟਿਸ ਮੈਂ ਦੇਣ ਲੱਗਿਆ ਆ ਜਿਹੜਾ ਆਪਣਾ ਦਾ ਮਨਿਸਟਰ ਆ ਉਹਨੂੰ ਵੀ ਕਿ ਸਾਰੀ ਟਰਾਂਸਪੋਰਟ ਕਮਿਊਨਿਟੀ ਟਰਾਂਸਪੋਰਟ ਜਿਹੜੀ profession ਹੈ ਉਹ ਇੱਕ ਪੰਜਾਬੀਆਂ ਦਾ profession ਹੈ ਤੁਸੀਂ ਹਿੰਦੁਸਤਾਨ ਚ ਨਹੀਂ ਦੁਨੀਆ ਚਲੇ ਜਾਓ ਜਿੰਨੇ ਪੰਜਾਬੀ ਇਹ ਟਰਾਂਸਪੋਰਟ business ਹੋਣਗੇ ਭਾਵੇਂ ਕੈਨੇਡਾ ਹੋਵੇ ਭਾਵੇਂ ਮਹਾਰਾਸ਼ਟਰ ਹੋਵੇ ਸੋ ਜੇ ਸਾਰੇ ਪੰਜਾਬੀਆਂ ਨੂੰ ਤੁਸੀਂ ਮਾfia ਕਹਿੰਦੇ ਹੋ ਅਸੀਂ ਲੀਗਲ ਨੋਟਿਸ ਦੇ ਰਹੇ ਹਾਂ ਇਹਨਾਂ ਦੇ ਕੇਸ ਕਰਾਂਗੇ ਤੇ ਨਾਲੇ ਮੈਂ মিডিਆ ਨੂੰ ਕਹਿਣਾ ਚਾਹਣਾ ਹੈ ਅੱਜ ਤੋਂ ਬਾਅਦ ਜੇ ਕਿਸੇ ਨੇ ਵੀ ਲਫ਼ਜ਼ ਟ੍ਰਾਂਸਪੋਰਟ ਮਾਫੀਆ ਕਿਹਾ ਤੇ ਅਸੀਂ ਉਹਨੂੰ ਲੀਗਲ ਨੋਟਿਸ ਦੇ ਕੇ ਅਸੀਂ ਕੋਰਟ 'ਚ ਲੈ ਕੇ ਜਾਵਾਂਗੇ